ਕੀ ਅਸੀਂ ਗੰਬੀਰ ਮੰਦੀ ਵਿੱਚ ਦਾਖਲ ਹੋ ਚੁੱਕੇ ਹਾਂ ਇਹ ਸਵਾਲ ਆਰਬੀਆਈ ਵੱਲੋਂ ਪੇਸ਼ ਤਾਜ਼ਾ ਰਿਪੋਰਟ ਤੋਂ ਬਾਅਦ ਉੱਠ ਖੜੇ ਹੋਏ ਹਨ ਭਾਰਤੀ ਰਿਜ਼ਰਵ ਬੈਂਕ ਦੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਮੁਲਕ ਗੰਬੀਰ ਮੰਦੀ ਰੈਸੈਸ਼ਨ ਦੇ ਦੌਰ ਚ ਦਾਖਲ ਹੋ ਗਿਆ ਹੈ ਅਤੇ ਜੁਲਾਈ ਤੋਂ ਸਤੰਬਰ ਦੇ ਵਕਤ ਦੇ ਦੌਰਾਨ ਜੀਡੀਪੀ ਦਾ ਘਟਣਾ ਇਸ ਦਾ ਸਬੂਤ ਹੈ ਆਰਬੀਆਈ ਦੇ ਆਰਥਿਕ ਸਰਗਰਮੀ ਸੂਚਕ ਅੰਕ ਦੇ ਅੰਦਾਜ਼ੇ ਮੁਤਾਬਕ ਭਾਰਤ ਦੀ ਜੀਡੀਪੀ ਮੌਜੂਦਾ ਵਿੱਤੀ ਬਰੇ ਦੀ ਦੂਜੀ ਤਮਾਹੀ ਚ ਨਕਾਰਾਤਮਕ ਸੀ ਅਤੇ ਜੀਡੀਪੀ 8.6 ਫੀਸਦੀ ਤੱਕ ਘਟੀ ਰਿਪੋਰਟ ਵਿੱਚ ਜ਼ਿਕਰ ਹੈ ਕਿ ਭਾਰਤ ਇਤਿਹਾਸ ਵਿੱਚ ਪਹਿਲੀ ਵਾਰ 2020-2021 ਦੇ ਪਹਿਲੇ ਅੱਧ ਵਿੱਚ ਗੰਭੀਰ ਮੰਦੀ ਦਾ ਸ਼ਿਕਾਰ ਹੋ ਗਿਆ ਵਿੱਤੀ ਵਰੇ ਦੀ ਲਗਾਤਾਰ ਦੂਜੀ ਤਿਮਾਹੀ ਵਿੱਚ ਜੀਡੀਪੀ ਦੇ ਹੋਰ ਡਿੱਗਣ ਦੇ ਅਸਾਰ ਬਣੇ ਹਨ ਵਿਕਾਸ ਦਰ ਚ ਵਾਧਾ ਕਾਰੋਬਾਰੀ ਗਤੀਵਿਧੀਆਂ ਦੇ ਹੌਲੀ-ਹੌਲੀ ਆਮ ਵਾਂਗ ਹੋਣ ਕਾਰਨ ਦਰਜ ਹੋ ਰਿਹਾ ਹੈ ਅਤੇ ਅਰਥਚਾਰੇ ਚ ਮੰਦੀ ਥੋੜੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ ਰਿਪੋਰਟ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਕਾਰਨ ਜਦੋਂ ਆਲਮੀ ਆਰਥਿਕਤਾ ਤੇ ਬੁਰਾ ਅਸਰ ਪੈ ਰਿਹਾ ਹੈ ਅਕਤੂਬਰ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤੀ ਅਰਥਚਾਰੇ 'ਚ ਸੁਧਾਰ ਹੋ ਰਿਹਾ ਹੈ। ਅਧਿਕ ਖਪਤਕਾਰਾਂ ਅਤੇ ਕਾਰੋਬਾਰੀਆਂ ਦਾ ਭਰੋਸਾ ਮੁੜ ਕਾਇਮ ਹੋ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2020-21 ਦੇ ਪਹਿਲੇ ਅੱਧ ਵਿੱਚ ਭਾਰਤੀ ਅਰਥਚਾਰੇ ਦੀ ਕਾਰਗੁਜ਼ਾਰੀ ਦੇ ਬੁਲੰਕਣ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਕਾਸ ਦੇ ਕਈ ਨਵੇਂ ਰਾਹ ਖੁੱਲ ਰਹੇ ਹਨ। ਪਰਿਯੋਖਾਰੀ ਮੌਸਮ ਦੌਰਾਨ ਕੋਵਿਡ-19 ਦੀ ਜਕੜ ਤੋਂ ਨਿਕਲ ਕੇ ਆਰਥਿਕ ਸਰਗਰਮੀਆਂ ਤੇਜ਼ ਹੋਣ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਜ਼ਿਕਰ ਅਕਤੂਬਰ 'ਚ ਪੇਸ਼ ਕੀਤੀ ਗਈ ਆਰਥਿਕ ਨੀਤੀ ਰਿਪੋਰਟ ਵਿੱਚ ਕੀਤਾ ਗਿਆ ਹੈ ਸੂ ਮੰਦੀ ਨੂੰ ਲੈ ਕੇ ਵੱਡੇ ਸਵਾਲ ਉੱਠ ਖੜੇ ਹੋਏ ਹਨ ਕਿ ਕੀ ਦੇਸ਼ ਇੱਕ ਗੰਭੀਰ ਮੰਦੀ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ ਅਸਲ ਵਿੱਚ ਆਰਥਿਕ ਮੁਸ਼ਕਲਾਂ ਨਾਲ ਜੂਝ ਰਿਹਾ ਭਾਰਤ ਹੁਣ ਤਕਨੀਕੀ ਤੌਰ ਉੱਤੇ ਵੀ ਗੰਭੀਰ ਆਰਥਿਕ ਮੰਦਵਾੜੇ ਦੇ ਚੱਕਰ ਵਿੱਚ ਫਸ ਚੁੱਕਾ ਹੈ ਦੇਸ਼ ਵਿਦੇਸ਼ ਦੇ ਮਾਹਿਰ ਨੋਟਬੰਦੀ ਤੋਂ ਬਾਅਦ ਵੀ ਅਜਿਹੀਆਂ ਟਿੱਪਣੀਆਂ ਕਰਦੇ ਰਹੇ ਹਨ ਪਰ ਹੁਣ ਰਿਜ਼ਰਵ ਬੈਂਕ ਆਫ ਇੰਡੀਆ ਦੇ ਮਾਹਿਰਾਂ ਨੇ ਦੇਸ਼ ਦੇ ਗੰਭੀਰ ਮੰਦਵਾੜੇ ਦੇ ਸ਼ਿਕਾਰ ਹੋਣ ਦੇ ਤੱਥਾਂ ਨੂੰ ਸਬਕਾਰ ਕੀਤਾ ਹੈ ਅਜਿਹਾ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ 30 ਸਤੰਬਰ ਨੂੰ ਖਤਮ ਹੋਈ ਚੌਥੀ ਤਿਮਾਹੀ ਦੌਰਾਨ ਕੁੱਲ ਘਰੇਲੂ ਉਤਪਾਦਨ ਵਿੱਚ 8.6 ਫੀਸਦੀ ਗਰਾਵ ਆਈ ਹੈ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਅਤੇ ਫਿਰ ਜੀਐਸਟੀ ਨੂੰ ਗਲਤ ਤਰੀਕੇ ਨਾਲ ਲਾਗੂ ਕਰਨ ਨਾਲ ਆਰਥਿਕ ਸੰਕਟ ਵੱਡੀ ਪੱਧਰ ਤੇ ਵਧਿਆ ਹੈ ਸਰਕਾਰ ਨੇ ਭਾਵੇਂ 2 ਕਰੋੜ ਨੌਕਰੀਆਂ ਪ੍ਰਤੀ ਸਾਲ ਦੇਣ ਦਾ ਵਾਅਦਾ ਕੀਤਾ ਸੀ ਪਰ ਅਸਲ ਵਿੱਚ ਨੌਕਰੀਆਂ ਖਤਮ ਹੋ ਰਹੀਆਂ ਹਨ ਸਾਲ 2017-18 ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਹੀ ਪਿਛਲੇ 45 ਸਾਲਾਂ ਨਾਲੋਂ ਦੇਸ਼ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਸੀ ਕੋਵਿਡ-19 ਕਾਰਨ ਕੀਤੀ ਤਾਲਾਬੰਦੀ ਦੌਰਾਨ ਕਰੋੜਾਂ ਹੋਰ ਨੌਕਰੀਆਂ ਚਲੀਆਂ ਗਈਆਂ ਇਸ ਕਰਕੇ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਲੋਕਾਂ ਦੀ ਬਚਤ ਖਤਮ ਹੋਣ ਅਤੇ ਬੇਰੋਜ਼ਗਾਰੀ ਕਾਰਨ ਵਸਤਾਂ ਦੀ ਮੰਗ ਦਾ ਘਟਣਾ ਸੁਭਾਵਿਕ ਹੈ। ਮੱਧ ਵਰਗ ਨੇ ਵੀ ਘਰੇਲੂ ਬਚਤ ਕਰਦਿਆਂ ਸੰਕੋਚ ਨਾਲ ਖਰਚ ਕਰਨ ਦਾ ਤਰੀਕਾ ਅਪਣਾਇਆ। ਇੱਕ ਅਨੁਮਾਨ ਮੁਤਾਬਕ ਕੁਝ ਸਮਾਂ ਪਹਿਲਾਂ ਕੁੱਲ ਘਰੇਲੂ ਪੈਦਾਵਾਰ ਦਾ 7.9% ਘਰੇਲੂ ਬਚਤ ਕੀਤੀ ਜਾਂਦੀ ਸੀ। ਅਪ੍ਰੈਲ ਅਤੇ ਜੂਨ ਦੀ ਚੌਥਾਈ ਦੌਰਾਨ ਖਰਚ ਉਤੇ ਕਟੌਤੀ ਅਤੇ ਬਚਤ ਇੱਕ ਵਾਧੇ ਦੀ ਦਰ ਅਤੇ ਮੌਜੂਦਾ ਸਮੇਂ ਇਹ ਦਰ 21.4% ਹੈ। ਪਾਵ ਲੋਕ ਪੈਸਾ ਖਰਚ ਨਹੀਂ ਕਰ ਰਹੇ ਹਨ। ਮੰਗ ਵਿੱਚ ਔਰ ਵੀ ਗਰਾਬਟ ਆਉਣ ਕਰਕੇ ਆਰਥਿਕ ਮੰਦੀ ਦੀ ਗਤੀ ਵਧਰੀ ਲਾਜ਼ਮੀ ਹੈ ਅਰਥ ਸ਼ਾਸਤਰੀ ਸਲਾਹ ਦੇ ਰਹੇ ਹਨ ਕਿ ਕਿਸੇ ਵੀ ਤਰੀਕੇ ਗਰੀਬ ਲੋਕਾਂ ਤੱਕ ਪੈਸਾ ਪਹੁੰਚਾਉਣਾ ਲਾਜ਼ਮੀ ਹੈ ਉਹ ਬਚਤ ਨਹੀਂ ਕਰ ਸਕਦੇ ਅਤੇ ਸਮੁੱਚਾ ਪੈਸਾ ਮੰਡੀ ਵਿੱਚ ਆਉਣ ਨਾਲ ਮੰਗ ਪੈਦਾ ਹੋਵੇਗੀ ਅਤੇ ਅਰਥਚਾਰੇ ਦਾ ਸਰਕਲ ਚੱਲ ਸਕੇਗਾ ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਪੈਕ ਜਾਰਾਹੀ ਵੀ ਵਸਤਾਂ ਦੀ ਮੰਗ ਵਧਾਉਣ ਦੀ ਬਜਾਏ ਸਨਤਾ ਅਤੇ ਵਪਾਰੀਆਂ ਨੂੰ ਸਹੂਲਤਾਂ ਦੇਣ ਤੇ ਜ਼ੋਰ ਦਿੰਦਾ ਹੈ ਕੋਰੋਨਾ ਕਰਕੇ ਬੇਰੁਜ਼ਗਾਰ ਹੋ ਕੇ ਆਪੋ ਆਪਣੇ ਰਾਜਾਂ ਨੂੰ ਵਾਪਸ ਮੁੜੇ ਮ ਦੂਰਾਂ ਵਾਸਤੇ ਕੇਂਦਰ ਸਰਕਾਰ ਨੇ ਮਨਗਰੇਗਾ ਵਾਲੀ 40000 ਕਰੋੜ ਰੁਪਏ ਹੋਰ ਦੇਣ ਦਾ ਐਲਾਨ ਕੀਤਾ ਸੀ ਇਹ ਠੀਕ ਦਿਸ਼ਾ ਵੱਲ ਕਦਮ ਸੀ ਪਰ ਪੈਸਾ ਲੋੜ ਨਾਲੋਂ ਬਹੁਤ ਘੱਟ ਸੀ ਮਗਨਰੇਗਾ ਦੇ ਲਾਭਪਾਤਰੀਆਂ ਨੂੰ 100 ਦਿਨ ਦਾ ਕੰਮ ਦੇਣ ਲਈ ਲਗਭਗ 2.5 ਲੱਖ ਕਰੋੜ ਰੁਪਏ ਸਲਾਣਾ ਦੇਣ ਦੀ ਲੋੜ ਹੈ ਸਰਕਾਰ ਦੇ ਗਲਤ ਫੈਸਲਿਆਂ ਕਾਰਨ 5 ਖਰਬ ਡਾਲਰ ਦਾ ਅਰਥਚਾਰਾ ਬਣਾਉਣ ਦਾ ਕਵਾਬ ਹੋਰ ਦੂਰ ਹੋ ਗਿਆ ਹੈ ਹਕੀਕਤ ਦਾ ਸਹੀ ਤਰੀਕੇ ਨਾਲ ਸਾਹਮਣਾ ਕਰਦੇ ਹੋਏ ਨੀਤੀਆਂ ਨੂੰ ਸੂਝਵਾਨ ਦਿਸ਼ਾ ਦੇ ਕੇ ਸਮੱਸਿਆਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣਾ ਹੀ ਵਕਤ ਦੀ ਲੋੜ ਹੈ ਹਾਲਾਂਕਿ ਮੂਡੀਜ਼ ਨੂੰ ਅਰਥਚਾਰੇ ਵਿੱਚ ਸੁਧਾਰ ਦੀ ਉਮੀਦ ਹੈ ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੇ ਜੀਡੀਪੀ ਅਨੁਮਾਨ ਵਿੱਚ ਸੋਧ ਕਰਦਿਆਂ ਪਹਿਲਾਂ ਦੇ ਮੁਕਾਬਲੇ ਹਾਲਾਤ ਵਿੱਚ ਸੁਧਾਰ ਦੀ ਉਮੀਦ ਜ਼ਾਹਰ ਕੀਤੀ ਹੈ ਮੂਡੀਜ਼ ਨੇ 2020 ਚ ਭਾਰਤੀ ਅਰਥਚਾਰੇ ਵਿੱਚ 8.9 ਫੀਸਦੀ ਗਿਰਾਵਟ ਦਾ ਅਨੁਮਾਨ ਜਤਾਇਆ ਹੈ ਜਦ ਕਿ ਇਸ ਤੋਂ ਪਹਿਲਾਂ ਉਸਨੇ 9.6 ਫੀਸਦੀ ਗਿਰਾਵਟ ਆਨ ਦਾ ਅੰਦਾਜ਼ਾ ਲਾਇਆ ਸੀ ਮੂਡਿਜ਼ ਨੇ ਕਿਹਾ ਕਿ ਲੰਬੇ ਅਤੇ ਸਖਤ ਲੋਕਡਾਊਨ ਤੋਂ ਬਾਅਦ ਦੇਸ਼ ਦਾ ਅਰਥਚਾਰਾ ਮੁੜ ਲੀਹਾਂ ਤੇ ਆ ਰਿਹਾ ਹੈ ਪਰ ਇਹ ਸੁਧਾਰ ਖਿੰਡਿਆ ਹੋਇਆ ਹੈ ਰਿਪੋਰਟ ਵਿੱਚ ਏਜੰਸੀ ਨੇ 2021 ਲਈ ਵੀ ਮੁਲਕ ਦੀ ਆਰਥਿਕ ਵਿਕਾਸ ਦਾ ਅੰਦਾਜ਼ਾ ਵਧਾ ਕੇ 8. 6% ਕੀਤਾ ਹੈ ਪਹਿਲਾਂ ਇਹ 8.1% ਸੀ ਕਾਂਗਰਸ ਇਸ ਨੂੰ ਲੈ ਕੇ ਹਮਲਾਵਰ ਹੈ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਦੀਆਂ ਨੀਤੀਆਂ ਕਾਰਨ ਇਹ ਮੰਦਵਾੜਾ ਆਇਆ ਹੈ ਕਾਂਗਰਸ ਦੇ ਮੌਜੂਦਾ ਵਿੱਤੀ ਵਰੇ ਦੀ ਦੂਜੀ ਤਿਮਾਹੀ ਦੌਰਾਨ ਜੀਡੀਪੀ ਚ ਗਰਾਬਟ ਸੰਬੰਧੀ ਅੰਦਾਜ਼ਾ ਨੂੰ ਲੈ ਕੇ ਵੀਰਵਾਰ ਨੂੰ ਦਾਵਾ ਕੀਤਾ ਹੈ ਕਿ ਆਰਥਿਕ ਭਿਆਨਕ ਮੰਦੀ ਦੀ ਲਪੇਟ ਚ ਮੁਲਕ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਇਸ ਖਬਰ ਨੂੰ ਦਬਾਉਣ ਲਈ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਮੁਲਕ ਪਹਿਲੀ ਵਾਰ ਮੰਦੀ ਦੇ ਦੌਰ ਵਿੱਚ ਦਾਖਲ ਹੋਇਆ ਹੈ ਸੋ ਮੁਲਕ ਦੇ ਮੰਦੀ ਵਿੱਚ ਜਾਣ ਦੀ ਚਰਚਾ ਜੋ ਪਹਿਲਾਂ ਹੁੰਦੀ ਰਹੀ ਹੈ ਉਹਨਾਂ ਚਰਚਾਵਾਂ ਉੱਪਰ ਹੁਣ ਆਰਬੀਆਈ ਦੀ ਤਾਜ਼ਾ ਰਿਪੋਰਟ ਨੇ ਕੁਝ ਹੱਦ ਤੱਕ ਮੋਹਰ ਲਾਈ ਹੈ ਹਾਲਾਂਕਿ ਸੰਭਾਵਨਾ ਇਹ ਵੀ ਜਿਤਾਈ ਗਈ ਹੈ ਕਿ ਭਾਰਤ ਇਸ ਮੰਦੀ ਦੇ ਦੌਰ ਵਿੱਚੋਂ ਜਲਦ ਨਿਕਲੇਗਾ ਜਿਸ ਤਰੀਕੇ ਨਾਲ ਆਰਥਿਕ ਸੁਧਾਰ ਕੀਤੇ ਜਾ ਰਹੇ ਹਨ ਤਾਂ ਇਸ ਦਰਮਿਆਨ ਕੇਂਦਰ ਵੱਲੋਂ ਆਰਥਿਕ ਪੈਕੇਜ ਦੇ ਕੇ ਇਸ ਖੜੋਤ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰ ਹਾਲਾਂਕਿ ਸਵਾਲ ਚੁੱਕ ਰਹੀਆਂ ਹਨ सत श्रीकाल जी मेरा नाम गुरजीत सिंह है एंड वी आर लोकेटेड इन खान मार्केट डेली वी आर अ हाई एंड इलेक्ट्रॉनिक गैजेट स्टोर विद आई टी एंड सर्विलेंस वी हैव अ टीम ऑफ थर्टी फाइव डेडिकेटेड पीपल एंड वी आर ऑथराइज फॉर मोर देन सिक्सटी इंटरनेशनल ब्रांड्स विच इंक्लूड्स नेस्प्रेसो डाइसन डिव्याले बोस एप्पल ब्लू एयर हनी वेल्थ टू नेम फ्यू ऑफ आर कस्टमर्स बिग कॉरपोरेट हाउसेज बिजनेस पीपल इंडस्ट्रियलिस्ट पॉलिटिशियंस ਦੇ ਆਰ ਆਲ ਆਵਰ ਕਸਟਮਰਸ ਸਾਡੇ ਕੋਲ 5000 ਤੋਂ ਜ਼ਿਆਦਾ ਸੈਟੀਸਫਾਈਡ ਕਸਟਮਰਸ ਹੈਗੇ ਨੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਮੈਂ ਔਰ ਮੇਰੀ ਟੀਮ ਇਹਨਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਇੰਡੀਆ ਦੇ ਅੰਦਰ ਬੈਸਟ ਟੂ ਬੈਸਟ ਪ੍ਰੋਡਕਟਸ ਔਰ ਬੈਸਟ ਟੂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ